ਸ਼ਹਿਜ਼ਾਦੇ ਬੱਬਰ ਸ਼ੇ ਤੇਰੀ ਬੜੀ ਵਾਜਰੀ ਬਚਪਨ ਤੋਂ ਵਾਜਰੀ ਤੇਰੀ ਹੈ ਜੀ ਹੈਲੋ ਮੈਂ
ਪਚਵੰਜਾ ਰੁਪਈਆ ਜਿੱਥੇ ਖਰਚ ਕੀਤਾ, ਮੈਂ 700 ਰੁਪਈਆ ਖੁਸ਼ੇ ਨੂੰ ਦਿੰਦਾ, 3 ਮਹੀਨੇ ਮੇਰੇ ਕੋਲ ਹੀ ਰਹਿੰਦਾ, ਸਮਝ ਆਏ? ਮੈਨੂੰ ਇਹ ਤਾਂ ਇਜ਼ੀ ਅਸੀਂ ਘੁੰਮਦੇ ਫਿਰਦੇ ਨਹੀਂ ਰਹੇ, ਘੁੰਮਦੇ ਫਿਰਦੇ ਯਾਰ ਦੀਆਂ ਗੱਲਾਂ ਨਹੀਂ ਕੀਤੀਆਂ, ਤੇ 5500 ਗਿਆ। ਅਮੀਰ ਹੋ ਗਿਆ ਤੇਰਾ ਕੀ ਮਸਲਾ ਹੈ? ਕਿਉਂ ਮੋਟ ਪਾਈ? ਕੌਣ ਹੈ ਤੂੰ? ਹੈ ਕੌਣ ਹੈ ਤੂੰ? ਪਹਿਲਾਂ ਆਪਣਾ ਤਾਰਫ ਕਰਾ, ਤੂੰ ਕੌਣ ਹੈ? ਮੈਂ ਇੱਥੇ ਖਰਚ ਕੀਤਾ ਹੈ, ਇਨਵੈਸਟਰ ਹੈ ਇੱਥੇ ਦਾ, ਸਮਝ ਆਈ? ਤੂੰ ਕੌਣ? ਤੂੰ ਇੱਥੇ ਕੀ ਖਰਚ ਕੀਤਾ? ਮੈਂ ਮੇਰੇ ਚਾਚੇ ਦੀ ਧੀ, ਫਸਟ ਕਜ਼ਨ ਹੈ ਮੇਰੀ। ਕਜ਼ਨ ਤੇਰੀ? ਮੈਂ ਮਾਮੇ ਦਾ ਮੁੰਡਾ ਡਜ਼ਨ। ਕੀ ਪ੍ਰੋਗਰਾਮ ਹੈ ਤੇਰਾ? ਕੌਣ ਲਈ ਫਿਰਨੀ ਫਿਰਨਾ ਸਿਆ? ਮੈਂ ਮੇਰਾ ਕਜ਼ਨ ਹੈਗਾ, ਜਾਨ ਛੁਡਾ ਇਸ ਮੁਸੀਬਤ ਤੋਂ ਮੇਰੀ ਭਰਾ ਨਾਲ। ਨਹੀਂ ਵਿੱਚ ਨਾ ਮਸਲਾ ਕੀ ਹੈ ਬੰਦੇ, ਤੁਸੀਂ ਸਮਝਦਾਰ ਹੋ, ਗੱਲ ਸੁਣੋ। ਤਰੱਪੜ ਦੇ ਨਹੀਂ ਪੈਸੇ ਖਾਂਦੇ ਰਹੇ ਨੇ ਇਹ ਦੋਵੇਂ ਮਾਵਾਂ ਧੀਆਂ ਮੇਰੇ ਕੋਲ। ਮੈਨੂੰ ਕਹਿੰਦੀਆਂ ਸੀ ਵੀ ਇਹ ਬੱਚੀ ਤੇਰੇ ਨਾਲ ਵਿਆਹਣੀ ਹੈ, ਇੰਜੋਏ ਕਰੀ ਜ਼ਿੰਦਗੀ, ਤਾਂ ਮੇਰੇ ਕੋਲ ਜੋ ਆਇਆ ਸੀ ਮੈਂ ਦੇ ਛੱਡਿਆ, ਮੈਂ ਤੇ ਅੰਮੀ ਦੇ ਜ਼ੇਵਰ ਪਾ ਛੱਡਿਆ, ਮੈਨੂੰ ਯਕੀਨ ਕਰ। ਪੈਸੇ ਕਿੰਨੇ ਲੈਣੇ ਮੇਰੇ ਕੋਲ? ਪੈਸੇ ਹੈ ਕੋਈ 5500 ਰੁਪਈਆ। ਇਹਦਾ ਮਤਲਬ ਹੈ ਅੰਮੀ ਦਾ ਜ਼ੇਵਰ ਵੇਖ ਕੇ ਵੀ 5500 ਹੀ ਹੋਇਆ। ਮਾਂ ਜਿਹਨੂੰ ਅੰਮੀ ਕਹਿੰਦਾ ਨਾ, ਸੰਗਲ ਵੀ ਵੇਚਿਆ ਸੀ ਨਾ, ਉਹ ਵੀ ਤਾਂ ਦੁੱਧ ਹੀ ਦਿੰਦੀ ਹੈ ਯਾਰ। ਅੱਛਾ ਅੱਛਾ, ਸੰਡੇ ਨੂੰ ਅੱਬੂ ਕਹਿੰਦਾ ਹੋਏਗਾ ਯਾਰ? ਉਹ ਹਾਲਸੇ ਪੁੱਛੇ ਪਿੰਡ ਚ ਇੱਕੋ ਹੀ ਹੁੰਦਾ ਯਾਰ, ਉੱਥੇ ਤੂੰ ਆ ਜਾ, ਤੇਰਾ ਵੀ ਅੱਬੂ ਹੈ। ਬਹੁਤ ਅੱਛਾ ਬੱਚਾ ਹੈ, ਜਾਨ ਛੜਾ। ਚਾਚੀ ਮੈਂ ਜਾਨ ਛੜਾ ਦਿੰਦਾ, ਇੱਕ ਮਿੰਟ ਆ। 5500 ਤੁਸੀਂ ਖਾਦਾ ਇਹਦੇ ਕੋਲ? ਪੁੱਛ ਸ਼ਰੀਫ ਆਦਮੀ, ਉਹ ਸ਼ਕਲ ਤੋਂ ਲੱਗਦਾ। ਓਏ ਲਾ, ਤੂੰ ਅੰਨਾ ਹੈ। ਐਵੇਂ ਟਿੰਡਾ ਨਹੀਂ ਹੁੰਦੀਆਂ, ਗਲਤ ਇਨਵੈਸਟਮੈਂਟ ਕਰੋਗੇ ਤੇ ਫੇਰ ਹੋਣਗੀਆਂ। ਤੈਨੂੰ ਸ਼ਰੀਫ ਆਦਮੀ ਲੱਗਦਾ? ਸ਼ਰੀਫ ਆਦਮੀ ਹੈ। 5500 ਰੁਪਈਆ ਤੁਸੀਂ ਖਾਦਾ, ਕੱਲ ਨੂੰ ਉਹ ਇੱਥੇ ਮਹਿਮਾਨਾਂ ਦੇ ਵਿੱਚ ਆ ਕੇ ਕਵੇ ਕਿੰਨੀ ਬੇਇੱਜ਼ਤੀ ਵਾਲੀ। ਉਹ ਕਿਸੇ ਵਿਆਹ ਕਰ, ਵਿਆਹ ਆਂਦੀ ਹੈ ਸ਼ਾਦੀ ਹੈ ਤੇਰੀ ਹੈ, ਕਹਿੰਦਾ ਉਹ ਕਹਿੰਦੀ ਨਿਕਾਹ ਰਹਿਣ ਦੇ, ਅੱਲਾ ਬਖਸ਼ਣ ਵਾਲਾ ਉਂਝ ਹੀ ਲੈਦਾ। ਕੀ ਬੁਰੀ ਗੱਲ ਹੈ, ਕੀ ਬੁਰੀ ਗੱਲ! ਇਹ ਸਾਰਾ ਝੂਠ ਬੋਲ ਰਿਹਾ, ਤੈਨੂੰ ਵੇਖ ਕੇ ਮੈਨੂੰ ਗੱਲਾਂ ਕਰ ਰਿਹਾ ਹੈ। ਚਾਚੀ ਇਹ ਤੇ ਕੋਈ ਜਾਨ ਛੁਡਾਣੀ ਹੈ ਨਾ? ਜਾਨ ਛੁਡਾਣੀ ਹੈ, ਮੁਸੀਬਤ ਤੋਂ ਜਾਨ ਛੁਡਾ। ਬੇਗਮ ਕੀ ਹੋ ਗਿਆ? ਉਹ ਪਾਣੀ ਕਿਉਂ ਨੀ ਭੇਜਣਾ ਤੁਸੀਂ? ਮੋਟਰ ਖਰਾਬ, ਕੰਡ ਮਾਰਦੀ ਮੈਂ ਚਲਵਾਉਣਾ ਜਾ ਦੂੰ। ਮੋਟਰ ਵੀ ਖਰਾਬ, ਤੁਹਾਡੀ ਬੱਚੀ ਵੀ ਖਰਾਬ, ਬੁੱਢੀ ਵੀ ਖਰਾਬ। ਜਾਵੇ ਗੱਲਾਂ ਨਾ ਕਰ, ਬਰਾਤ ਵਾਲਾ ਘਰ ਏ। ਤੁਹਾਡਾ ਬੱਚਾ ਕੋਈ ਮੇਰੇ ਬੱਚਿਆਂ ਦੇ ਬਾਰੇ ਵੀ ਸੋਚੋ। ਹਾਏ ਪੁੱਤਰ ਹੋਣਗੇ, ਤੁਹਾਡੀ ਮਿਹਰਬਾਨੀ ਹੈ ਖਾਲਾ ਜੀ। ਆ ਮੇਰਾ ਪੁੱਤਰ ਇੱਧਰ ਆ, ਵੇਖੋ ਤੇ ਸਹੀ ਜਾਂ ਜੇ ਆਉਣ ਚ ਦੇਰ ਹੈ ਤੇ ਖਾਲਾ ਦੀ ਤਿਆਰੀ ਵੇਖੋ। ਉਹ ਪੁੱਤਰ ਮੇਰੀ ਗੱਲ ਸੁਣ, ਖਾਲਾ ਦੀ ਕੋਈ ਆਪਣੀਆਂ ਧੀਆਂ ਨੂੰ ਵੀ ਸਿਖਾਓ ਕਿ ਕਿਵੇਂ ਖਾਮਦਾਂ ਦੀ ਇੱਜ਼ਤ ਕਰੀਦੀ ਹੈ। ਹਾਏ ਪੁੱਤਰ, ਅੱਜ ਕੱਲ ਕੀ ਜ਼ਮਾਨਾ ਆ ਗਿਆ, ਮਾਡਰਨ ਜ਼ਮਾਨਾ ਕਿਹੜਾ ਹੀ, 2020 ਚੱਲਣ ਡਿਆ ਜੀ। ਹੋਰ ਬੇਟਾ ਪੁੱਤਰ ਇਹ ਗੱਲ ਸੁਣ, ਇਹ ਬਰਾਤ ਆਣ ਲੱਗੀ ਹੈ, ਦੇਗਾ ਨਹੀਂ ਪਕਰੀਆਂ, ਉਹ ਮੋਟਰ ਚਲਾ ਜਾ ਕੇ। ਆਹੋ ਪੁੱਤਰ,
ਇਹ ਸਾਰੇ ਨਿਕੰਮੇ ਜਿਹੇ ਨੇ, ਕੋਈ ਸਾਡੀ ਗੱਲ ਹੀ ਨਹੀਂ ਮੰਨ ਰਿਹਾ। ਤੂੰ ਸਾਡਾ ਪੁੱਤਰ ਹੈ, ਜਾ ਤੂੰ ਮੋਟਰ ਚਲਾ ਜਾ। ਘਰ 'ਚ ਪਾਣੀ ਕੋਈ ਨਹੀਂ। ਪਾਣੀ ਕੋਈ ਨਹੀਂ, ਪੁੱਤਰ ਦੇਗਾ। ਆ ਮੋਟਰ ਚਲਾ ਕੇ ਤੁਹਾਨੂੰ ਪਾਣੀ ਮਹੱਈਆ ਕਰਨਾ ਵਾ। ਠੀਕ ਹੈ, ਮੇਰਾ ਵੀ ਸੋਚੋ ਪੁੱਤਰ ਹੈ ਤੇ ਇਸ ਤੋਂ ਬਾਅਦ ਸੋਚ ਲਗਾਏ ਖੱਬੇ ਪਾਸੇ